ਇਹਨਾਂ ਦਾ ਨਾਮ ਰਾਜਵੀਰ ਕੌਰ ਔਰ ਇਹ ਅਲਗੋਲ ਕੋਠੀ ਦੇ ਰਹਿਣ ਵਾਲੇ ਆ ਔਰ ਇਹ ਆਪਣੀ ਗਵਾਈ ਦੇ ਵਿੱਚ ਦੱਸਿਆ ਕਿ ਇਹ ਸਿਸਟਰ ਨੂੰ 12 ਸਾਲ ਤੋਂ ਮੈਂਟਲੀ ਡਿਪਰੈਸ਼ਨ ਸੀ, ਇਹ ਬਹੁਤ ਹੀ ਪਰੇਸ਼ਾਨ ਸੀ। ਇਹ ਸਿਸਟਰ ਆਪਣੀ ਗਵਾਈ ਦੇ ਵਿੱਚ ਦੱਸਿਆ ਇਹ 12,000 ਦੀ 1 ਮੰਥ ਦੇ ਵਿੱਚ ਮੈਡੀਸਿਨ ਖਾਂਦੇ ਹੁੰਦੇ ਸੀ, ਇਹਨਾਂ ਨੂੰ ਕੋਈ ਵੀ ਫਰਕ ਨਹੀਂ ਸੀ ਪੈਂਦਾ। ਔਰ ਪਾਸਟਰ ਜੀ ਆਪਣੀ ਗਵਾਈ ਦੇ ਵਿੱਚ ਦੱਸਦੇ ਆ ਇਹ ਸਿਸਟਰ ਹਰ ਪੰਡਿਤ ਦੇ ਕੋਲ ਗਏ ਪਰ ਇਹਨਾਂ ਨੂੰ ਕਿਤਿਓਂ ਵੀ ਫਰਕ ਨਹੀਂ ਪਿਆ। ਔਰ ਪਾਸਟਰ ਜੀ ਇਹ ਸਿਸਟਰ ਦੱਸਦੇ ਇਹਨਾਂ ਨੂੰ ਮੈਂਟਲੀ ਡਿਪਰੈਸ਼ਨ ਇਹਨਾਂ ਦੇ ਅਤੇ ਇਹਨਾਂ ਦੇ ਬੇਟੇ ਨੂੰ ਇਸ ਤਰ੍ਹਾਂ ਦਾ ਸੀ। ਇਸ ਸਿਸਟਰ ਦੇ ਕੋਈ ਵੀ ਗਲੇ ਦੇ ਨਾਲ ਕੋਈ ਮਿਲਦਾ ਹੁੰਦਾ ਸੀ ਕੋਈ ਭੈਣ, ਔਰ ਇਹ ਸਿਸਟਰ ਉਸੇ ਟਾਈਮ ਨਹਾਉਣ ਵਾਸਤੇ ਚਲ ਜਾਂਦੇ ਸੀ। ਔਰ ਜਦੋਂ ਇਹ ਨਹਾਉਂਦੇ ਸੀ 7 ਘੰਟੇ ਵਾਸ਼ਰੂਮ ਦੇ ਵਿੱਚ ਨਹਾਉਂਦੇ ਹੀ ਰਹਿੰਦੇ ਸੀ। ਔਰ ਜਦੋਂ ਕੋਈ ਇਹਨਾਂ ਦੀ ਬੈੱਡਸ਼ੀਟ ਦੇ ਉੱਪਰ ਬੈਠ ਜਾਂਦਾ ਸੀ ਉਸੇ ਟਾਈਮ ਆਪਣੀ ਬੈੱਡਸ਼ੀਟ ਨੂੰ ਧੋਣ ਲੈ ਪੈਂਦੇ ਸੀ। ਇਸ ਤਰ੍ਹਾਂ ਇਹਨਾਂ ਦੀ ਮੈਡੀਸਿਨ ਜਿਹੜੀ ਸੀ ਕੰਟੀਨਿਊ ਚੱਲਦੀ ਸੀ ਪਰ ਕੋਈ ਵੀ ਇਹਨਾਂ ਨੂੰ ਫਰਕ ਨਹੀਂ ਸੀ ਪੈਂਦਾ। ਔਰ ਪਾਸਟਰ ਜੀ ਇਹ ਸਿਸਟਰ ਬਹੁਤ ਪਰੇਸ਼ਾਨ ਸੀ, ਇਹਨਾਂ ਬਹੁਤ ਜ਼ਿਆਦਾ ਪੈਸਾ ਵੇਸਟ ਕੀਤਾ ਆਪਣੀ ਲਾਈਫ ਦੇ ਵਿੱਚ ਪਰ ਕਿਤੇ ਵੀ ਇਹਨਾਂ ਨੂੰ ਫਰਕ ਨਹੀਂ ਪਿਆ। ਔਰ ਪਾਸਟਰ ਜੀ ਇਹ ਸਿਸਟਰ ਨੇ ਇਹ ਜਿਹੜੀ ਮੀਟਿੰਗ ਔਰ ਯੂਟਿਊਬ ਤੋਂ ਦੇਖੀ ਔਰ ਇਹਨਾਂ ਨੇ ਐਡਰੈਸ ਲਿਆ ਉੱਤੋਂ ਔਰ ਇਹਨਾਂ ਨੇ ਕਾਲ ਕੀਤੀ ਔਰ ਇਹਨਾਂ ਨੇ ਭਵਨ ਦੇ ਵਿੱਚ ਆਉਣਾ ਸ਼ੁਰੂ ਕੀਤਾ। ਔਰ ਲਾਸਟ ਸੰਡੇ ਤੁਸੀਂ ਜਦੋਂ ਪ੍ਰਾਰਥਨਾ ਕਰ ਰਹੇ ਸੀ ਕਿ ਪਰਮੇਸ਼ਰ ਦਾ ਪਵਿੱਤਰ ਆਤਮਾ ਇਹਨਾਂ ਨੂੰ ਛੂ ਚੁੱਕਾ ਜਿਹੜੇ ਮੈਂਟਲੀ ਡਿਪਰੈਸ਼ਨ ਦੇ ਲੋਕ ਆ, ਔਰ ਇਹ ਸਿਸਟਰ ਦੱਸਦੇ ਆ ਕਿ ਇਹ ਸਿਸਟਰ ਜਦੋਂ ਆਪਣੇ ਘਰੇ ਗਏ ਇਹਨਾਂ ਨੂੰ ਪਰਮੇਸ਼ਰ ਦੇ ਪਵਿੱਤਰ ਆਤਮਾ ਨੇ ਛੂਇਆ। ਇਹ ਸਿਸਟਰ ਦੱਸਦੇ ਸ਼ੁੱਕਰਵਾਰ ਇਹਨਾਂ ਨੂੰ ਉਲਟੀਆਂ ਲੱਗੀਆਂ ਔਰ ਇਹਨਾਂ ਦੀ ਇਸ ਤਰ੍ਹਾਂ ਇਹਨਾਂ ਨੂੰ ਲੱਗਾ ਇਹਨਾਂ ਦੀ ਬਾਡੀ ਦੇ ਵਿੱਚੋਂ ਜਿਸ ਤਰ੍ਹਾਂ ਸਵਾਹ ਨਿਕਲਿਆ। ਇਸ ਸਿਸਟਰ ਉਸੇ ਟਾਈਮ ਫਰੀ ਹੋ ਗਏ ਯਿਸੂ ਮਸੀਹ ਦੇ ਨਾਮ 'ਚ। ਇਸ ਗਵਾਈ ਲਈ ਪ੍ਰਭੂ ਜੀ ਦਾ ਬਹੁਤ ਸਾਰਾ ਧੰਨਵਾਦ ਕਰਦੇ ਨੇ। ਤਾਰੀਫ ਕਰਦੇ ਚਰਚ, ਜ਼ੋਰ ਨਾਲ ਮਹਿਮਾ ਕਰੋ, ਜ਼ੋਰ ਨਾਲ ਮਹਿਮਾ ਕਰਦੇ, ਜ਼ੋਰ ਨਾਲ, ਜ਼ੋਰ ਨਾਲ। ਦੇਵੋ ਜਾਗੀ ਉੱਤੇ ਯਿਸੂ ਦੀ ਗਵਾਈ, ਉਹ ਵੱਡੇ ਵੱਡੇ ਕੰਮ ਕਰਦਾ, ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਅਸੀਂ ਅਲਗੋ ਕੋਠੀ ਤੋਂ। ਕਿਹੜਾ ਕਿਹੜਾ ਪਿੰਡ? ਅਗਲ ਭਿੱਖੀ ਪਿੰਡ ਦੇ ਨਾਲ। ਭਿੱਖੀ ਪਿੰਡ ਦੇ ਨਾਲ ਤੁਸੀਂ YouTube ਤੋਂ ਪ੍ਰੋਗਰਾਮ ਦੇਖਿਆ? ਹਾਂਜੀ। ਜਦੋਂ YouTube ਤੋਂ ਪ੍ਰੋਗਰਾਮ ਦੇਖਿਆ ਤੇ ਤੁਸੀਂ ਕਾਲ ਕੀਤੀ, ਤੁਹਾਨੂੰ ਬੁਲਾਇਆ ਗਿਆ? ਮੈਂ ਐਡਰੈਸ ਦਿੱਤਾ ਸੀ ਤੇ ਫਿਰ ਅਸੀਂ ਪਤਾ ਕਰ ਕਰਕੇ ਇੱਥੇ ਪਹੁੰਚ ਗਏ। ਪਤਾ ਕਰ ਕਰਕੇ ਪਹੁੰਚ ਗਏ। ਕਿੰਨੇ ਸਾਲਾਂ ਤੋਂ ਪਰੇਸ਼ਾਨੀ? 12 ਸਾਲ ਤੋਂ ਬੋਲ ਰਹੇ। 12 ਸਾਲ ਤੋਂ ਘਰ ਉੱਜੜਿਆ, ਮੇਰਾ ਪ੍ਰਭੂ ਨੇ ਵਸਾਇਆ, ਮੇਰਾ ਉੱਜੜ ਗਿਆ ਘਰ। ਮੈਂ ਆਖਿਆ ਵੀ ਹੁਣ ਮੈਂ ਠੀਕ ਨਹੀਂ ਹੋਣਾ, ਹੁਣ ਮੈਂ ਦਵਾਈ ਖਾ ਕੇ ਮਰ ਜਾਣਾ। ਇਹ ਦੱਸ ਰਹੇ ਆਸੂ ਕਿੰਨੇ ਸਮੇਂ ਤੋਂ ਪਰੇਸ਼ਾਨੀ ਬੇਟੀ? ਅੱਜ ਤੁਸੀਂ ਗਵਾਈ 'ਚ ਲਿਖਿਆ 12 ਸਾਲ ਤੋਂ ਤੁਸੀਂ ਪਰੇਸ਼ਾਨ ਸੀ, ਬੜੀਆਂ ਜਗ੍ਹਾ ਤੇ ਗਏ, ਕੋਈ ਦੁਨੀਆਂ ਦਾ ਡਾਕਟਰ ਨਹੀਂ ਛੱਡਿਆ। ਤੁਸੀਂ ਲਿਖਿਆ ਅਸੀਂ ਪੰਡਿਤ ਵੀ ਛੱਡੇ ਨੀ, ਹਰ ਧਾਰਮਿਕ ਜਗ੍ਹਾ ਤੇ ਗਏ, ਕਿਤੇ ਫਰਕ ਨਹੀਂ ਪਿਆ। ਔਰ ਸੋਚੋ ਇਹ ਬੇਟੀ ਦੇ ਆਸੂ ਦੱਸ ਰਿਹਾ, ਖੁਸ਼ੀ ਦੇ ਆਸੂ ਹੈ। ਅੱਜ ਇੱਕ ਵਾਰੀ ਤਾਰੀਫ ਸੁਣ ਸੁਣ ਸੋਚੋ, ਇੱਕ ਸਾਲ ਕਿਸੇ ਦੇ ਉੱਪਰ ਹਾਲਾਤ ਹੋਵੇ, ਇੱਕ ਸਾਲ 2 ਮਹੀਨੇ ਹਾਲਾਤ ਆ ਜਾਏ ਨਾ ਕਿਸੇ ਦੀ ਫੈਮਿਲੀ ਦੇ ਉੱਪਰ ਤੇ ਸਭ ਕੁਝ ਯਾਦ ਆ ਜਾਂਦਾ ਹੈ। ਕਿੰਨੂ ਕਿੰਨੂ ਸਮਝ ਆ ਰਹੀ ਹੈ? 12 ਸਾਲ ਉਹ ਵੀ ਏਦਾਂ ਦੀ ਪ੍ਰੋਬਲਮ, ਮੈਂਟਲੀ ਪ੍ਰੋਬਲਮ, ਏਦਾਂ ਦੀ ਦੁਸ਼ਤ ਆਤਮਾ ਨੇ ਜਗੜਿਆ ਕਿ ਜੇ ਕੋਈ ਹੱਥ ਲਾ ਦਿੰਦਾ ਸੀ। ਬੇਟਾ ਤੁਸੀਂ ਇੱਥੇ ਲਿਖਿਆ ਜੇ ਤੁਹਾਡੇ ਬੈੱਡ ਨੂੰ ਵੀ ਹੱਥ ਲਾ ਦਿੰਦਾ, ਜੇ ਤੁਸੀਂ ਉਹਨੂੰ ਵੀ ਸਾਫ਼ ਕਰਦੇ, ਸਾਫ਼ ਕਰਨਾ ਵੇਲੇ ਚਾਦਰ ਨੂੰ ਕਿਸੇ ਨੂੰ ਵੀ ਚੀਜ਼ ਨੂੰ ਹੱਥ ਲਾ ਦੇਣਾ ਤੁਸੀਂ। ਪਾਸਟਰ ਜੀ ਮੈਂ ਫੋਨਾਂ ਤੱਕ ਸਵਾਲ ਮਾਜ ਦਿੰਨੀ ਆ, ਫੋਨ ਤੱਕ। ਦੇਖੋ ਕਿੱਦਾਂ ਦੀ ਦੁਸ਼ਤ ਆਤਮਾ ਹੋਏ, ਕਿੱਦਾਂ ਦੀ ਬਿਮਾਰੀ ਹੋਏਗੀ। ਸੋਚੋ 12 ਸਾਲ 'ਚ ਦੱਸਦੇ ਹਰ ਜਗ੍ਹਾ 'ਤੇ ਗਏ, ਕਿਹਨੂੰ ਕਿਹਨੂੰ ਸਮਝ ਆ ਰਹੀ? ਔਰ ਧਿਆਨ ਨਾਲ ਦੇਖੋ ਬੇਟੀਆ, ਤੁਸੀਂ ਲਿਖਿਆ ਨਹਾਉਣ ਲੱਗਿਆ ਤੁਸੀਂ ਬੜਾ ਸਮਾਂ ਲਾਉਂਦੇ ਸੀ, ਬੜੀ ਦੁਖੀ ਸੀ ਬੇਟੀ, ਧਿਆਨ ਨਾਲ ਸੁਣੋ ਗਵਾਈ, ਬੜੀ ਦੁਖੀ ਸੀ। ਇਹਨੂੰ ਬੋਲਿਆ ਸੀ ਅੱਜ ਪ੍ਰਾਰਥਨਾ ਲੈ ਐਂਡ ਹੋਈ ਤੂੰ ਫ੍ਰੀ ਹੈ, ਉਲਟੀਆਂ ਦੁਆਰਾ ਸਾਰਾ ਕੁਝ ਬਾਹਰ ਨਿਕਲ ਗਿਆ। ਕਹਿੰਦੀ ਸਰ ਤੁਸੀਂ ਆਖਿਆ ਉਲਟੀਆਂ ਦੁਆਰਾ, ਮੈਨੂੰ ਯਾਦ ਨਹੀਂ ਸੀ, ਪ੍ਰਭੂ ਨੇ ਯਾਦ ਕਰਾਇਆ ਹੁਣੇ। ਸੋਚੋ ਕਹਿੰਦੀ ਮੈਂ ਕਿੰਨੇ ਕਿੰਨੇ ਘੰਟੇ ਨਹਾਉਂਦੇ ਸੀ ਤੁਸੀਂ? ਸੱਤ ਵੀ ਮੇਰੇ ਘਰ ਵਾਲਾ ਪਹਿਲਾਂ ਵੀ ਨਹੀਂ ਜਾਣਾ ਤੇ ਅੱਜ ਫੋਨ ਕਰਨ ਡਿਆ ਤੂੰ ਕਵੇਲਾ ਕਰਤਾ ਪਹੁੰਚ ਜਾ ਉੱਥੇ ਤੂੰ ਘਰੇ, ਪਹਿਲਾਂ ਕਹਿੰਦਾ ਸੀ ਨਹੀਂ ਜਾਣਾ, ਅੱਜ ਘਰ ਵਾਲਾ ਕਹਿੰਦਾ ਜਲਦੀ ਜਾ। ਕਿੰਨੇ ਕਿੰਨੇ ਸਮਝ ਆਈ? ਜਦੋਂ ਸੱਚੇ ਪਰਮੇਸ਼ਵਰ ਕੋਲ ਆਉਂਗੇ ਸੱਚਾ ਗਿਆਨ ਮਿਲ ਜਾਏਗਾ। ਉਹ ਇੱਕੋ ਹੀ ਨਾਮ ਹੈ ਯੇਸ਼ੂ ਮਸੀਹ ਦੇ ਨਾਮ 'ਚ ਇਨਸਾਨ ਆਜ਼ਾਦ ਹੁੰਦਾ ਹੈ। ਅੱਜ ਪ੍ਰੂਫ ਹੈ, ਇਹ ਬੇਟੀ ਇਹ ਜਗ੍ਹਾ ਗਵਾਈ ਦੇ ਰਹੀ, ਪ੍ਰੂਫ ਹੈ ਕਿ ਯਿਸੂ ਮਸੀਹ ਦੇ ਨਾਮ 'ਚ ਚੰਗੀ ਹੋਈ ਹੈ। ਸਾਰੀ ਮੈਮ ਇੱਕ ਵਾਰੀ ਉਹਦੇ ਨਾਮ ਨੂੰ ਦਿਓ। ਸੁਣੋ ਸੁਣੋ,
12 साल तो कोई डॉक्टर कोई हॉस्पिटल कोई बाबा कोई कुछ नहीं छड़िया है। तुम सोचो किन्ने के परेशान होंगे इस बीमारी तो। इन्हां दी फैमिली मैनू मिली है, उन्हें दस्या ही बड़े परेशान से सर असी इन्ने परेशान सी ये नहाना शुरू कर दी 7-7 घंटे बाथरूम च नहाँदी रहिंदी सी। जिहदी चीज़ नू कोई हाथ ला दिंदा सी तो की हुंदा सी ये स्वाह दे नाल मांजदी रहिंदी सी। ऐदा की दुष्ट आत्मा ऐदा की मैंटली प्रॉब्लम ऐदा की बीमारी लगी हुई सी कोई दुनिया के इलाज नहीं है जी। सारे पास्यों भज के सारे पास्यों नट के आ गए कितों भी फर्क नहीं पिया। किनू किनू समझ आई जदों इन्हां दे ले हैंड होई ये आए प्रार्थना हुई इन्हों बोलिया खाता पीता जो भी है सब कुछ बाहर जाएगा। अज गवाही च दस रहे सारा कुछ बाहर गया इतरी घट है चोर नाल चोर नाल चोर नाल मैं देवो जागी उते यसु दी गवाही ओ वड्डे वड्डे कम करदा 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 ओ वड्डे वड्डे कम करदा। एक बार जोर नाल मैं सारी मैं यीशु मसीह के नाम प्रभु आमीन।